ਮੈਂ ਆਪ ਜੀ ਨਾਲ ਇੱਕ ਸਾਖੀ, ਇੱਕ ਇਤਿਹਾਸ ਦਾ ਇੱਕ ਦ੍ਰਿਸ਼ ਸਾਂਝਾ ਕਰਨਾ ਚਾਹੁੰਦਾ। ਘੱਲੂਘਾਰਿਆਂ ਤੋਂ ਬਾਅਦ ਦਾ ਵੇਲਾ ਹੈ, ਪਰ ਖਾਲਸਾ ਫਿਰ ਪ੍ਰਗਟ ਹੁੰਦਾ ਹੈ। ਤੇ ਲਾਹੌਰ ਨੂੰ ਜਾਣ ਵਾਲਾ ਮਾਲੀਆ ਲੁੱਟ ਲੈਂਦਾ। ਉਸ ਵੇਲੇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ, ਉਸ ਵੇਲੇ ਜਦੋਂ ਸਿੱਖਾਂ ਨੂੰ ਖੁਰਾ ਖੋਜ ਮਿਟਾ ਦੇਣ ਤੱਕ ਦੇ ਐਲਾਨ ਹੋ ਚੁੱਕੇ ਸਨ, ਉਸ ਵੇਲੇ ਹਕੂਮਤ ਸਿੱਖ ਸ਼ਖਸੀਅਤ ਅੱਗੇ ਝੁਕਦੀ ਹੈ ਅਤੇ ਨਵਾਬੀ ਦੀ ਪੇਸ਼ਕਸ਼ ਕਰਦੀ ਹੈ। ਨਵਾਬੀ ਦੀ ਪੇਸ਼ਕਸ਼ ਲੈ ਕੇ ਹਕੂਮਤ ਵਿੱਚ ਨੌਕਰੀ ਕਰਨ ਵਾਲੇ ਭਾਈ ਸ਼ਾਹ ਬਹਿਕ ਸਿੰਘ ਨੂੰ ਭੇਜਿਆ ਜਾਂਦਾ ਔਰ ਖਾਲਸਾ ਜੀ ਦੇ ਸਾਹਮਣੇ ਇੱਕ ਸਿੰਘ ਉੱਠ ਕੇ ਬੇਨਤੀ ਕਰਦਾ ਹੈ ਕਿ ਖਾਲਸਾ ਜੀ, ਭਾਈ ਸ਼ਾਹ ਬਹਿਕ ਸਿੰਘ ਹਕੂਮਤ ਵੱਲੋਂ ਪੇਸ਼ ਕੀਤੀ ਹੋਈ ਨਵਾਬੀ ਸੰਬੰਧੀ ਖਾਲਸਾ ਜੀ ਨਾਲ ਗੱਲ ਕਰਨਾ ਚਾਹੁੰਦੇ ਹਨ, ਖਾਲਸਾ ਜੀ ਦੀ ਕੀ ਮਰਜ਼ੀ ਹੈ। ਇਹ ਸੀ ਲੈਵਲ ਖਾਲਸਾ ਜੀ ਦਾ ਕਿ ਹਕੂਮਤ ਵੱਲੋਂ ਸੁਨੇਹਾ ਆਇਆ ਅਤੇ ਖਾਲਸਾ ਜੀ ਨੂੰ ਪੁੱਛਿਆ ਗਿਆ ਕਿ ਕੀ ਖਾਲਸਾ ਹਕੂਮਤ ਦੇ ਇਸ ਸੁਨੇਹੇ ਨੂੰ ਸੁਣਨਾ ਚਾਹੁੰਦਾ, ਕੀ ਖਾਲਸਾ ਇਹਦੇ 'ਤੇ ਵਿਚਾਰ ਕਰਨੀ ਚਾਹੁੰਦਾ। ਖਾਲਸਾ ਜੀ ਦੀ ਤਰਫੋਂ ਹੁਕਮ ਹੋਇਆ ਕਿ ਸ਼ਾਹ ਬਹਿਕ ਸਿੰਘ ਹਕੂਮਤ ਦਾ ਨੌਕਰ ਹੈ, ਇਹਨੂੰ ਤਨਖਾਹ ਲਾਈ ਜਾਵੇ, ਫਿਰ ਇਹਦੀ ਗੱਲ ਸੁਣੀ ਜਾਏਗੀ। ਤਨਖਾਹ ਲੱਗੀ, ਭਾਈ ਸ਼ਾਹ ਬਹਿਕ ਸਿੰਘ ਜੀ ਨੇ ਉਹ ਤਨਖਾਹ ਭੁਗਤੀ, ਫਿਰ ਹੱਥ ਬੰਨ ਕੇ ਖਾਲਸਾ ਜੀ ਦੇ ਅੱਗੇ ਪੇਸ਼ ਹੋਇਆ ਔਰ ਉਸਨੇ ਕਿਹਾ ਕਿ ਹਕੂਮਤ ਖਾਲਸਾ ਜੀ ਨਾਲ ਸੁਲਾਹ ਸਫਾਈ ਕਰਨਾ ਚਾਹੁੰਦੀ ਹੈ ਔਰ ਇੱਕ ਨਵਾਬੀ ਤਿੰਨ ਪਰਗਣਿਆਂ ਦੀ ਜਾਗੀਰ ਨਾਲ ਆਪ ਜੀ ਨੂੰ ਪੇਸ਼ ਕੀਤੀ ਜਾਂਦੀ ਹੈ। ਨਵਾਬੀ ਦਾ ਇਹ ਸਾਰਾ ਸਮਾਨ, ਜਿਸ ਨੂੰ ਖਿਲਤ ਵੀ ਕਿਹਾ ਜਾਂਦਾ, ਇੱਕ ਵੱਡੀ ਤਸ਼ਤਰੀ ਵਿੱਚ, ਇੱਕ ਵੱਡੇ ਥਾਲ ਵਿੱਚ ਰੱਖ ਕੇ ਖਾਲਸਾ ਜੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਵੇਲੇ ਖਾਲਸਾ ਜੀ ਦੇ ਸਭ ਤੋਂ ਵੱਡੀ ਉਮਰ ਵਾਲੇ ਬਜ਼ੁਰਗ ਦੀਵਾਨ ਦਰਬਾਰਾ ਸਿੰਘ ਜੀ ਜਾਂਦੇ ਸਨ। ਖਾਲਸਾ ਜੀ ਨੇ ਕਿਹਾ ਕਿ ਪਹਿਲਾਂ ਦਰਬਾਰਾ ਸਿੰਘ ਜੀ ਨੂੰ ਇਹ ਨਵਾਬੀ ਪੇਸ਼ ਕੀਤੀ ਜਾਵੇ। ਭਾਈ ਦਰਬਾਰਾ ਸਿੰਘ ਜੀ ਨੇ ਨਿਹੰਗ ਸਿੰਘ, ਦੋ ਫਰਲੇ ਸਜਾਉਣ ਵਾਲੇ ਨਿਹੰਗ ਸਿੰਘ, ਉਹਨਾਂ ਨੇ ਬਹੁਤ ਗੁੱਸੇ ਵਿੱਚ ਉਹ ਨਵਾਬੀ ਲੈਣ ਤੋਂ ਇਨਕਾਰ ਕਰ ਦਿੱਤਾ ਔਰ ਉਹਨਾਂ ਨੇ ਵੀ ਇਹੀ ਕਿਹਾ ਕਿ ਨਵਾਬੀ ਖਰਾਬੀ ਹੈ। ਫਿਰ ਖਾਲਸਾ ਜੀ ਦੇ ਸਾਹਮਣੇ ਵਾਰੀ ਵਾਰੀ ਉਹ ਤਸ਼ਤਰੀ ਰੱਖੀ ਗਈ। ਦਲ ਖਾਲਸਾ ਦੇ 32 ਜਰਨੈਲ ਉਸ ਵੇਲੇ ਵਿਹੜੇ ਵਿੱਚ ਹਾਜ਼ਰ ਨੇ, 32 ਜਰਨੈਲਾਂ ਦੇ ਗਾੜੀ ਵਾਰੀ ਵਾਰੀ ਉਹ ਤਸ਼ਤਰੀ ਰੱਖੀ ਗਈ। ਇੱਕ ਵੀ ਜਰਨੈਲ ਨੇ ਉਸ ਤਸ਼ਤਰੀ ਨੂੰ ਹੱਥ ਨਹੀਂ ਲਾਇਆ ਅਤੇ ਪੈਰ ਨਾਲ ਉਹ ਤਸ਼ਤਰੀ ਰੇੜ ਕੇ ਪਰਾਂ ਕਰ ਦਿੱਤੀ। ਇਹ ਕਿਹਾ ਕਿ ਖਾਲਸੇ ਦਾ ਪਾਤਸ਼ਾਹੀ ਦਾਅਵਾ ਹੈ, ਹਮ ਰਾਖਤ ਪਾਤਸ਼ਾਹੀ ਦਾਅਵਾ, ਸਾਡਾ ਤਾਂ ਪਾਤਸ਼ਾਹੀ ਦਾ ਦਾਅਵਾ ਹੈ, ਸਾਡਾ ਰੁਤਬਾ ਨਵਾਬੀ ਤੋਂ ਉੱਚਾ ਹੈ, ਇਸ ਕਰਕੇ ਅਸੀਂ ਨਵਾਬੀ ਨੂੰ ਪ੍ਰਵਾਨ ਨਹੀਂ ਕਰਦੇ। ਇਹ ਸੀ ਖਾਲਸੇ ਦੀ ਉਸ ਵੇਲੇ ਦੀ ਸ਼ਖਸੀਅਤ, ਜਿਹੜੀ ਕਿਸੇ ਅਹੁਦੇ ਨੂੰ, ਕਿਸੇ ਰੁਤਬੇ ਨੂੰ ਖੁੱਡ ਮਾਰਦੀ ਸੀ। ਉਹਦੇ ਅੰਦਰ ਲਾਲਸਾ ਨਹੀਂ ਸੀ, ਲਲਕ ਨਹੀਂ ਸੀ ਕਿ ਦਿੱਲੀ ਦੇ ਹਾਕਮਾਂ ਦੇ ਟੇਬਲਾਂ ਤੋਂ ਡਿੱਗਦੇ ਭੋਰਿਆਂ ਨੂੰ ਬੋਚ ਲਿਆ ਜਾਵੇ। ਉਹਨਾਂ ਦਾ ਕਿਰਦਾਰ ਇੱਕ ਉਚਾਈ 'ਤੇ ਸੀ। ਉਹ ਹਕੂਮਤ ਨਾਲ ਜੰਗ ਕਰਦਿਆਂ ਹੋਇਆਂ
ਕੋਈ ਆਰਥਿਕ ਕੋਈ ਰਾਜਨੀਤਿਕ ਲਾਭ ਲੈਣ ਦਾ ਮਨਸ਼ਾ ਨਹੀਂ ਸਨ ਰੱਖਦੇ। ਉਹਨਾਂ ਦੀ ਹਿੱਕ ਵਿੱਚ ਧੜਕਣ ਵਾਲਾ ਦਿਲ ਬੇਖੌਫ ਸੀ। ਉਹਨਾਂ ਦੇ ਦਿਮਾਗ ਵਿੱਚ ਚੱਲਣ ਵਾਲੇ ਵਿਚਾਰ ਬੇਖੌਫ ਸਨ, ਬੇਪਰਵਾਹ ਸਨ। ਇਹ ਸੀ ਉਸ ਵੇਲੇ ਖਾਲਸਾ ਜੀ ਦੇ ਕਿਰਦਾਰ ਦਾ ਇੱਕ ਨਕਸ਼ਾ, ਇੱਕ ਉਦਾਹਰਣ, ਜਿਹਦੇ ਤੋਂ ਅਸੀਂ ਦੇਖ ਸਕਦੇ ਹਾਂ ਕਿ ਖਾਲਸਾ ਕਿਸ ਸ਼ਖਸੀਅਤ ਦਾ ਮਾਲਕ ਰਿਹਾ ਹੈ। ਗੁਰੂ ਸਾਹਿਬ ਦੇ ਬਿਲਕੁਲ ਨਾਲ, ਉਹਨਾਂ ਦੇ ਚਰਨਾਂ ਦੀ ਸ਼ੋਅ ਪ੍ਰਾਪਤ, ਉਹਨਾਂ ਦੇ ਕਰ ਕਮਲਾਂ ਦੀ ਸ਼ੋਅ ਪ੍ਰਾਪਤ, ਮਹਾਨ ਸੂਰਬੀਰ ਜਰਨੈਲਾਂ ਦੇ ਕਾਰਨਾਮਿਆਂ ਤੋਂ ਬਹੁਤ ਬਾਅਦ, 1730 ਤੋਂ ਬਾਅਦ ਇਹ ਸਾਕਾ ਵਾਪਰਦਾ। ਸਹੀ ਤਰੀਕ ਮੈਂ ਤੁਹਾਨੂੰ ਲੱਭਣ ਲਈ ਛੱਡ ਰਿਹਾ ਕਿ ਤੁਸੀਂ ਆਪ ਉਹ ਸਹੀ ਤਰੀਕ ਲੱਭੋ ਕਿ ਕਿਸ ਦਿਨ ਇਹ ਵਾਕਾ ਹੋਇਆ ਔਰ ਕੌਣ ਕੌਣ ਉਹਦੇ ਵਿੱਚ ਸ਼ਾਮਲ ਸਨ। ਇਹ ਤੁਹਾਡੇ ਲਈ ਇਤਿਹਾਸ ਦੀ ਖੋਜ ਦਾ ਇੱਕ ਛੋਟਾ ਜਿਹਾ ਪ੍ਰਸ਼ਨ ਹੈ ਅਤੇ ਤੁਸੀਂ ਇਹਦੇ 'ਤੇ ਜ਼ਰੂਰ ਵਿਚਾਰ ਕਰਨੀ ਹੈ ਕਿ ਕਿਸ ਦਿਨ ਇਵੇਂ ਹੋਇਆ ਸੀ ਜਦੋਂ ਹਕੂਮਤ ਨੇ ਖਾਲਸਾ ਜੀ ਦੀ ਸ਼ਖਸੀਅਤ ਦੇ ਦਰਸ਼ਨ ਕੀਤੇ ਸਨ। ਉਸ ਤੋਂ ਬਾਅਦ ਹੋਰ ਗੱਲਬਾਤ ਹੁੰਦੀ ਹੈ ਭਾਈ ਸ਼ਾਹ ਵੇਗ ਸਿੰਘ ਦੀ, ਹੋਰ ਸੂਝਵਾਨ ਸਿੱਖ ਜਿਹੜੇ ਨੇ ਉਹ ਇੱਕ ਨੌਜਵਾਨ ਨੂੰ ਮਨਾ ਲੈਂਦੇ ਨੇ। ਉਹ ਨੌਜਵਾਨ ਕੁਝ ਦਿਨ ਪਹਿਲਾਂ ਹੋਈ ਇੱਕ ਝੜਪ ਵਿੱਚ ਫੱਟੜ ਹੋਇਆ, ਉਹਦੇ ਸਿਰ ਦੇ ਵਿੱਚ ਵੱਡਾ ਫੱਟ ਲੱਗਿਆ, ਉਹਨੇ ਮੁਰਾਸਾ ਕਰਕੇ ਦਰਬਾਰ ਵਿੱਚ ਹਾਜ਼ਰੀ ਭਰੀ ਹੈ। ਉਸ ਵੇਲੇ ਉਹ ਪੱਖਾ ਝੱਲਣ ਦੀ ਸੇਵਾ ਕਰ ਰਿਹਾ। ਉਸ ਨੌਜਵਾਨ ਦੀ ਘੋੜਿਆਂ ਨੂੰ ਸੰਭਾਲਣ ਦੀ, ਘੋੜਿਆਂ ਦੀ ਲਿੱਧ ਸੁੱਟਣ ਦੀ ਸੇਵਾ ਹੈ ਔਰ ਉਸ ਨੌਜਵਾਨ ਨੂੰ ਬੇਨਤੀ ਕੀਤੀ ਜਾਂਦੀ ਹੈ। ਉਹ ਵੀ ਸਭ ਤੋਂ ਵੱਡੇ ਭਾਈ ਦਰਬਾਰਾ ਸਿੰਘ ਜੀ ਵਾਂਗ ਇਹੀ ਬੇਨਤੀ ਕਰਦਾ ਹੈ ਕਿ ਨਵਾਬੀ ਖਰਾਬੀ ਹੈ, ਸਾਡਾ ਪਾਤਸ਼ਾਹੀ ਦਾਵਾ ਹੈ, ਵੱਡੇ ਤੋਂ ਲੈ ਕੇ ਛੋਟੇ ਤੱਕ ਖਾਲਸਾ ਇੱਕ ਸੁਰ ਹੈ ਔਰ ਉਹਦੇ ਅੰਦਰ ਨਵਾਬੀ ਪ੍ਰਾਪਤ ਕਰਨ ਦੀ ਕੋਈ ਲਾਲਸਾ ਨਹੀਂ ਹੈ। ਫਿਰ ਉਸਨੂੰ ਬੇਨਤੀ ਕਰਕੇ ਹੁਕਮ ਲਾ ਕੇ ਕਿਸੇ ਤਰ੍ਹਾਂ ਨਵਾਬੀ ਲੈਣ ਲਈ ਮਨਾ ਲਿਆ ਜਾਂਦਾ ਔਰ ਫਿਰ ਨਵਾਬੀ ਉਹਨਾਂ ਨੂੰ ਮਿਲਦੀ ਹੈ ਅਤੇ ਕੌਮ ਦੀ ਉਹ ਬਹੁਤ ਵੱਡੀ ਅਗਵਾਈ ਕਰਦੇ ਨੇ। ਮਨਾਇਆ ਇਸ ਕਰਕੇ ਜਾਂਦਾ ਕਿ ਕੁਝ ਸਮਾਂ ਟਿਕ ਟਕਾ ਹੋ ਜਾਵੇ, ਕਿਉਂਕਿ ਲੰਬਾ ਸਮਾਂ ਹੋ ਗਿਆ ਖਾਲਸਾ ਜੀ ਨੂੰ ਘਰ ਛੱਡਿਆ, ਜੰਗਲਾਂ ਵਿੱਚ ਰਹਿ ਰਹੇ ਨੇ, ਘੋੜਿਆਂ ਦੀਆਂ ਕਾਠੀਆਂ 'ਤੇ ਘਰ ਹੈ, ਬੀਬੀਆਂ ਬੱਚਿਆਂ ਦੀ ਜ਼ਿੰਦਗੀ ਬਹੁਤ ਔਖੀ ਹੋਈ ਪਈ ਹੈ ਅਤੇ ਖਾਲਸਾ ਜੀ ਕੁਝ ਸਮਾਂ ਆਰਾਮ ਕਰਨਾ ਚਾਹੁੰਦਾ ਹੈ। ਤਾਂ ਖਾਲਸਾ ਜੀ ਨੇ ਫੈਸਲਾ ਕੀਤਾ ਕਿ ਨਵਾਬੀ ਪ੍ਰਵਾਨ ਕਰ ਲਈ ਜਾਵੇ। ਮੈਂ ਸਿਰਫ ਤੁਹਾਨੂੰ ਖਾਲਸਾ ਜੀ ਦੇ ਸ਼ਖਸੀਅਤ ਦੇ ਦਰਸ਼ਨ ਕਰਾਉਣ ਲਈ ਹੀ ਇਹ ਵਾਕਿਆ ਆਪ ਜੀ ਦੇ ਸਾਹਮਣੇ ਰੱਖਿਆ। Thank you.